ਸ੍ਰੀਕਾਲ ਮੈਂ ਪੂਨਮ ਟੀਵੀ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦੀਆਂ ਕੁਝ ਖਾਸ ਖਬਰਾਂ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵਾਰ ਕੈਨੇਡਾ ਵਿਖੇ ਡਰੇ ਗੈਂਗਸਟਰਸ ਤਿੰਦਰਜੀਤ ਸਿੰਘ ਉਰਫ 골ਡੀ ਬਰਾਡ ਨੇ ਹੁਣ ਗਵਾਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸਿਆ ਕਿ ਗੋਲਡੀ ਬਰਾੜ ਨੇ ਧਮਕੀਆਂ ਫਰੀਦਕੋਟ ਦੇ ਕਾਂਗਰਸੀ ਯਾਗੂ ਗੁਰਲਾਲ ਪਹਿਲਵਾਨ ਦੇ ਹੋਏ ਕਤਲ ਦੇ ਮਾਮਲੇ ਦੇ ਵਿੱਚ ਗਵਾਹਾਂ ਨੂੰ ਧਮਕੀਆਂ ਦਿੱਤੀਆਂ ਨੇ ਜਿਸ ਦਾ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੁਰਲਾਲ ਦੇ ਪਰਿਵਾਰ ਦੇ ਵੱਲੋਂ ਇਸ ਕੇਸ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਹੈ ਇਸ ਮਾਮਲੇ ਦੇ ਗਵਾਹਾਂ ਨੂੰ ਹੁਣ ਗੋਲਡੀ ਬਰਾੜ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਉਹ ਅਦਾਲਤ ਦੇ ਵਿੱਚ ਗਏ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ ਪਰਦੇਸ਼ ਦੇ ਵਿੱਚ ਬੈਠ ਕੇ ਮੋਸਟ ਵਾਂਟਡ ਗੈਂਗਸਟਰਾਂ ਦੇ ਵੱਲੋਂ ਜਿਸ ਦੇ ਹੁਸ਼ਿਆਰੀ ਦੇ ਨਾਲ ਪੰਜਾਬ ਦੇ ਵਿੱਚ ਆਪਣੇ ਮਾਡਿਊਲ ਦੀ ਮਦਦ ਦੇ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਦੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਪੁਲਿਸ ਦੇ ਲਈ ਚੁਣੌਤੀ ਬਣ ਚੁੱਕੇ ਨੇ ਸਭ ਤੋਂ ਗੰਭੀਰ ਮਾਮਲਾ ਇਨ੍ਹਾਂ ਗੈਂਗਸਟਰਾਂ ਦੇ ਤੇਜ਼ੀ ਦੇ ਨਾਲ ਸਰਹੱਦੋਂ ਪਾਰ ਆਤਵਾਦੀ ਗੁੱਟਾਂ ਦੇ ਨਾਲ ਬਣ ਗਏ ਸਬੰਧ ਨੇ ਇਸ ਆਰਗੇਨਾਈਜ਼ਡ ਕਾਇਮ ਨੂੰ ਜੇਕਰ ਸਮਾਂ ਰਹਿੰਦੇ ਖਤਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਨਨਾਲੇਸ ਪਾਰ ਖੇਤ ਦੀ ਜੇਪੀ ਅਮਨ ਸੁਸਾਇਟੀ ਦੇ ਵਿੱਚ ਵੀਰਵਾਰ ਸਵੇਰੇ ਇੱਕ 22 ਸਾਲਾ ਵਿਦਿਆਰਥੀ ਸੰਪਤਾ ਸਿੰਘ ਚੋਹਾਨ ਪੁੱਤਰੀ ਅਨੂਸ਼ ਚੋਹਾਨ ਵਾਸੀ ਜੇਪੀ ਅਮਨ ਸੁਸਾਇਟੀ ਨੇ 19ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਸੂਚਨਾ ਦੇ 부ਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ ਥਾਣਾ ਇੰਚਾਰਜ ਵਿਨੋਦ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਬੁੱਧਵਾਰ ਦੇ ਰਾਤ ਆਈ ਨੀਟ ਪ੍ਰੀਖਿਆ ਦੇ ਨਤੀਜਿਆਂ ਦੇ ਵਿੱਚ ਵਿਦਿਆਰਥੀ ਫੇਲ ਹੋ ਗਈ ਸੀ ਜਿਸ ਤੋਂ ਬਾਅਦ ਵਿਦਿਆਰਥੀ ਤਣਾ ਦੇ ਵਿੱਚ ਚਲੀ ਗਈ ਸੀ ਤੇ ਜਿਸ ਨੂੰ ਲੈ ਕੇ ਉਸਨੇ ਨੇ ਜੀਵਨ ਲੀਲਾ ਖਤਮ ਕਰ ਲਈ ਹੈ ਸਾਬਕਾ ਅਮਰੀਕਨ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ਤੇ ਮੀਡੀਆ ਨੂੰ ਇੱਕ ਦਿੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਪੀਐਮ ਮੋਦੀ ਇੱਕ ਚੰਗੇ ਇਨਸਾਨ ਨੇ ਤੇ ਉਹ ਬਹੁਤ ਸ਼ਾਨਦਾਰ ਕੰਮ ਕਰ ਰਹੇ ਨੇ 트੍ਰੰਪ ਨੇ ਆਖਿਆ ਕਿ ਭਾਰਤ ਦਾ ਮੇਰੇ ਨਾਲੋਂ ਚੰਗਾ ਦੋਸਤ ਕਦੇ ਨਹੀਂ ਰਿਹਾ ਉਹਨਾਂ ਨੇ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ 2024 ਦੇ ਵਿੱਚ ਹੋਣ ਵਾਲੀਆਂ ਅਮਰੀਕਨ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਹ ਫਿਰ ਸ਼ਾਮਲ ਹੋ ਸਕਦੇ ਨੇ 트੍ਰੰਪ ਨੇ ਆਖਿਆ ਕਿ ਮੇਰੇ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬਹੁਤ ਹੀ ਚੰਗੇ ਸਬੰਧ ਹਨ ਭਾਰਤੀ ਅਮਰੀਕਨ ਸੰਸਦ ਮੈਂਬਰ ਪਰਲੀਮਾ ਜੈਪਾਲ ਨੂੰ ਫੋਨ ਤੇ ਇਤਰਾਜ਼ਯੋਗ ਤੇ ਨਫ਼ਰਤ ਭਰੇ ਸੰਦੇਸ਼ ਮਿਲੇ ਨੇ ਤੇ ਜੈਪਾਲ ਨੇ ਵੀਰਵਾ ਨੂੰ ਸੋਸ਼ਲ ਮੀਡੀਆ ਤੇ ਅਜਿਹੇ ਪੰਜ ਆਡੀਓ ਸੰਦੇਸ਼ ਸਾਂਝੇ ਕੀਤੇ ਨੇ ਇਸ ਸੰਦੇਸ਼ ਤੇ ਉਹ ਹਿੱਸੇ ਐਡਿਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅਸ਼ਲੀਲ ਤੇ ਇਤਰਾਜ਼ਯੋਗ ਸ਼ਬਦ ਕਹੇ ਗਏ ਨੇ ਇਸ ਸੰਦੇਸ਼ ਦੇ ਵਿੱਚ ਇੱਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਭਾਰਤ ਵਾਪਸ ਜਾਣ ਦੀ ਧਮਕੀ ਦਿਂਦਾ ਸੁਣਿਆ ਜਾ ਸਕਦਾ ਹੈ ਵੀਰਵਾਰ ਰਾਤ ਨੂੰ ਬਕਿੰਗਮ ਪੈਲੇਸ ਨੇ ਪੁਸ਼ਟੀ ਕੀਤੀ ਹੈ ਕਿ 96 ਸਾਲਾ ਮਹਾਰਾਣੀ ਐਲਿਜ਼ਾਬੈਥ ਸਕਾਟਲੈਂਡ ਦੇ ਬਾਲਮੋਰਲ ਕਿਸਲ ਵਿਖੇ ਦਿਹਾਂਤ ਹੋ ਗਿਆ ਹੈ ਇਸ ਮੌਕੇ ਆਪਣੀ ਡੂੰਘੀ ਹਮਦਰਦੀ ਬਿਆਨ ਕਰਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸ਼ਾਹੀ ਪਰਿਵਾਰ ਅਤੇ ਯੂਕੇ ਦੇ ਲੋਕਾਂ ਦੇ ਨਾਲ ਦੁੱਖ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਠੀਕ ਪਹਿਲਾਂ ਬਿਆਨ ਜਾਰੀ ਕਰਦਿਆ ਕਿ ਹੈ ਕਿ ਆਸਟ੍ਰੇਲੀਆ ਦੀ ਸੰਵਿਧਾਨਾ ਯੂਨਾਈਟਿਡ ਕਿੰਗਡਮ ਦੇ ਲੋਕਾਂ ਦੇ ਨਾਲ ਮਹਾਰਾਣੀ ਐਲਿਜ਼ਾਬੈਥ ਦੇ ਦਿਹਾਂਤ ਦੇ ਨਾਲ ਇੱਕ ਇਤਿਹਾਸਿਕ ਸ਼ਾਸ਼ ਤੇ ਫਰਜ਼ ਪਰਿਵਾਰ ਵਿਸ਼ਵਾਸ ਤੇ ਸੇਵਾ ਨੂੰ ਸਮਰਪਿਤ ਲੰਬੀ ਉਮਰ ਦਾ ਅੰਤ ਹੋ ਗਿਆ ਬ੍ਰਾਜ਼ੀਲ ਦੇ ਉੱਤਰੀ ਪਾਰਾ ਰਾਜ ਦੀ ਰਾਜਧਾਨੀ ਬੈਲੇਮ ਸ਼ਹਿਰ ਨੇੜੇ ਇੱਕ ਕਿਸ਼ਤੀ ਡੁੱਬਣ ਦੇ ਕਾਰਨ ਕਟੋ-ਕਟ 14 ਲੋਕਾਂ ਦੀ ਮੌਤ ਹੋ ਗਈ ਹੈ ਤੇ 26 ਲੋਕ ਲਾਪਤਾ ਹੋ ਗਏ ਨੇ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਇਹ ਕਿਸ਼ਤੀ ਵੀਰਵਾਰ ਨੂੰ ਮਰਾਤੋ ਟਾਪੂ ਤੇ ਕੈਮਾਰਾ ਤੇ ਬੈਲੇਮ ਵਿਚਕਾਰ ਯਾਤਰਾ ਕਰ ਰਹੀ ਸੀ ਇਸ ਦੌਰਾਨ ਕੋਟੀ ਜ਼ੂਬਾ ਟਾਪੂ ਦੇ ਸੋਦਾਦੇ ਡਾਟ ਦੇ ਨੇੜੇ ਕਿਸ਼ਤੀ ਡੁੱਬ ਗਈ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਨਤਕ ਸੁਰੱਖਿਆ ਦੇ ਸਖਤਰੇਤ ਦੇ ਅਨੁਸਾਰ ਜਹਾਜ਼ ਨੂੰ ਯਾਤਰੀਆਂ ਨੂੰ ਲਿਆਉਣ ਦੇ ਲਈ ਅਧਿਕਾਰਤ ਇਹ ਸੀ ਤੇ ਇੱਕ ਗੁਪਤ ਬੰਦਰਗਾਹ ਤੋਂ ਸਮੁੰਦਰ ਵੱਲ ਨੂੰ ਨਿਕਲਿਆ ਸੀ ਫਾਇਰਫਾਈਟਰਸ ਨੇ ਲਾਸ਼ਾਂ ਨੂੰ ਕੱਢਣ ਤੇ ਲਾਪਤਾ ਪੀੜਤਾਂ ਨੂੰ ਲੱਭਣ ਦੇ ਲਈ ਗੋਤਾਖੋਰਾਂ ਨੂੰ 9 ਕਿਸ਼ਤੀਆਂ ਤੇ ਇੱਕ ਹੈਲੀਕਾਪਟਰ ਦੀ ਮਦਦ ਤੇ ਨਾਲ ਬਾਹਰ ਕੱਢਣ ਦੀ ਜੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਹੈ ਟਮਾਟਰ ਦੇ ਰੇਟ ਵੀ ਹੁਣ ਬਦਲਣ ਲੱਗੇ ਨੇ ਟਮਾਟਰ ਉਤਪਾਦਕ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਇਸ ਦੀ ਫਸਲ ਨੂੰ ਨੁਕਸਾਨ ਹੋਇਆ ਜਿਸ ਦੇ ਨਾਲ ਬੀਤੇ ਕੁਝ ਦਿਨਾਂ ਦੇ ਦੌਰਾਨ ਮੰਡੀਆਂ ਦੇ ਵਿੱਚ ਇਸ ਦੀ ਕੀਮਤਾਂ ਦੇ ਵਿੱਚ ਵਾਧਾ ਹੋਇਆ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ਦੇ ਵਿੱਚ ਲੰਬੇ ਸਮੇਂ ਤੱਕ ਤੇਜ਼ੀ ਰਹਿਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਵਾਰ ਟਮਾਟਰ ਦੀ ਬੰਪਰ ਪੈਦਾਵਾਰ ਹੋਈ ਹੈ ਇਸ ਮਹੀਨੇ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਟਮਾਟਰ ਦੇ ਰੇਟ 12 ਤੋਂ 22 ਰੁਪਏ ਤੋਂ ਵੱਧ ਕੇ 16 ਤੋਂ 37 ਰੁਪਏ ਪ੍ਰਤੀ ਕਿਲੋ ਹੋ ਚੁੱਕੇ ਨੇ ਕਰਨਾਟਕ ਦੀ ਕੋਲਾਰ ਮੰਡੀ ਦੇ ਵਿੱਚ ਭਾਅ 6 ਤੋਂ 123 ਰੁਪਏ ਵੱਧ ਕੇ 7 ਤੋਂ 27 ਰੁਪਏ ਪ੍ਰਤੀ ਕਿਲੋ ਤੇ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ 12 ਤੋਂ 16 ਰੁਪਏ ਤੋਂ ਵੱਧ ਕੇ 16 ਤੋਂ 26 ਰੁਪਏ ਪ੍ਰਤੀ ਕਿਲੋ ਹੋ ਗਏ ਨੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਦੇ ਖਿਲਾਫ ਵੀਰਵਾਰ ਨੂੰ ਅਜੇਤੂ 122 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਇਸ ਸੈਂਕੜ ਦਾ ਸਿਹਰਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੇ ਤੀ ਵਾਮਿਕਾ ਨੂੰ ਦਿੱਤਾ ਕੋਹਲੀ ਨੇ ਪਹਿਲੀ ਪਾਰੀ ਤੋਂ ਬਾਅਦ ਆਖਿਆ ਹੈ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਦ੍ਰਿਸ਼ਟੀਕੋਣ ਦੇ ਵਿੱਚ ਰੱਖਿਆ ਹੈ ਤੇ ਅਸਲ ਦੇ ਵਿੱਚ ਮੈਂ ਥੋੜਾ ਹੈਰਾਨ ਸੀ ਕਿਉਂਕਿ ਇਹ ਅਜਿਹਾ ਫਾਰਮੈਟ ਫੀ ਜਿਸ ਦੇ ਵਿੱਚ ਮੈਨੂੰ ਸੈਂਕੜਾ ਲਗਾਉਣ ਦੀ ਉਮੀਦ ਨਹੀਂ ਸੀ ਪਰ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਤੇ ਮੈਂ ਸਖਤ ਮਿਹਨਤ ਕਰ ਰਿਹਾ ਸੀ ਤੇ ਇਹ ਉਹ ਪਲ ਹੈ ਜੋ ਮੇਰੇ ਤੇ ਮੇਰੀ ਟੀਮ ਦੇ ਲਈ ਬਹੁਤ ਹੀ ਖਾਸ ਸੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰ ਔਲਖ ਦਿਨ ਬਦਦੀ ਨਵੀਂ ਵਬਾਦਾ ਦੇ ਵਿੱਚ ਘਿਰਦੇ ਜਾ ਰਹੇ ਨੇ ਦੱਸ ਦिए ਕਿ ਗਾਇਕ ਦਾ ਗੀਤ ਰਫਲਾ ਸੰਬੰਧੀ ਨੋਟਿਸ ਜਾਰੀ ਹੋਣ ਤੋਂ ਬਾਅਦ ਬੀਤੇ ਦਿਨ ਮਨਕੀਰਤ ਔਲਖ ਦਾ ਵਕੀਲ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਇਆ ਵਕੀਲ ਨੇ ਦੱਸਿਆ ਹੈ ਕਿ ਔਲਖ ਇਸ ਸਮੇਂ ਕੈਨੇਡਾ ਦੇ ਵਿੱਚ ਹੈ ਐਡਵੋਕੇਟ ਸੁਨੀਲ ਮੱਲਣ ਨੇ ਇਸ ਕੇਸ ਦੇ ਇਸ ਕੇਸ ਨੂੰ ਜਿਹੜਾ ਦਾਇਰਾ ਉਹ ਕੀਤਾ ਹੈ ਉਹਨਾਂ ਨੇ ਔਲਖ ਤੇ ਹੋਰਨਾਂ ਦੇ ਗੀਤ ਰਾਹੀਂ ਵਕੀਲਾ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਹੈ ਉਹਨਾਂ ਨੇ ਦੱਸਿਆ ਹੈ ਕਿ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਟਿਫੀ ਭੇਜਿਆ ਗਿਆ ਸੀ ਜਿਸ ਦਾ ਕੋਈ ਤਸੱਲੀ ਬਖਸ਼ਤ ਜਵਾਬ ਉਹਨਾਂ ਦੇ ਵੱਲੋਂ ਨਹੀਂ ਸੀ ਦਿੱਤਾ ਗਿਆ। ਮੇ ਤਾਂ ਸਾਂ ਸਾਡੀਆਂ ਅੱਜ ਦੀਆਂ ਕੁਝ ਖਾਸ ਖਬਰਾਂ ਜੇ ਤੁਸੀਂ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣਾ ਤੇ ਸੁਣਨਾ ਚਾਹੁੰਦੇ ਹੋ ਉਦੋਂ ਤੱਕ ਲਈ ਬਣੇ ਰਹੋ ਟੀਵੀ ਦਿਨ। ਇਸੇ ਨਾਲ ਹੀ ਮੈਨੂੰ ਪੂਨਮ ਨੂੰ ਦਿਓ ਇਜਾਜ਼ਤ ਕਾਨਵਾਤ